ਤਸਵੀਰਾਂ ਨੇ ਯੂਪੀ ਦੇ ਝਾਂਸੀ ਦੀਆਂ ਜਿੱਥੇ ਵਿੱਚ ਸੜਕ ਦੇ ਉੱਤੇ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦ ਦੋ ਟਰੱਕ ਆਪਸ ਦੇ ਵਿੱਚ ਹੀ ਭਿੜ ਜਾਂਦੇ ਨੇ। ਇੱਕ ਟਰੱਕ ਬਾਈਕਾਂ ਦੇ ਨਾਲ ਭਰਿਆ ਹੋਇਆ ਸੀ ਜਦਕਿ ਦੂਸਰੇ ਟਰੱਕ ਦੇ ਵਿੱਚ ਮਦਰ ਡੇਰੀ ਦਾ ਦੇਸੀ ਘਿਓ ਸੀ। ਜਿਵੇਂ ਹੀ ਐਕਸੀਡੈਂਟ ਹੋਇਆ ਘਿਓ ਦੇ ਪਾਊਚ ਸੜਕ ਦੇ ਉੱਤੇ ਖਿਲਰ ਗਏ, ਜਿਸ ਨੂੰ ਦੇਖਣ ਤੋਂ ਬਾਅਦ ਰਾਹਗੀਰਾਂ ਨੇ ਅਤੇ ਸਥਾਨਕ ਲੋਕਾਂ ਨੇ ਪਾਊਚ ਚੱਕੇ ਅਤੇ ਭੱਜਣਾ ਸ਼ੁਰੂ ਕਰ ਦਿੱਤਾ। ਇੱਕ ਤਰ੍ਹਾਂ ਦੇ ਨਾਲ ਇਸ ਨੂੰ ਪਾਊਚ ਲੁੱਟ ਵੀ ਕਿਹਾ ਜਾ ਸਕਦਾ ਹੈ। ਇਹ ਤਸਵੀਰਾਂ ਯੂਪੀ ਦੇ ਝਾਂਸੀ ਦੀਆਂ ਨੇ ਜੋ ਬਿਆਨ ਕਰ ਰਹੀਆਂ ਨੇ ਕਿ ਐਕਸੀਡੈਂਟ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ, ਕਿਸੇ ਨੂੰ ਕੋਈ ਸੱਟ ਤਾਂ ਨਹੀਂ ਲੱਗੀ। ਇਹ ਜਾਣਨ ਦੀ ਬਜਾਏ ਲੋਕਾਂ ਦੇ ਵੱਲੋਂ ਲੁੱਟ ਮਚਾਈ ਗਈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼।